ਪਿਆਰੇ ਬੱਚਿਓ ਸਸ਼ੇਕਾਲ ਤੋਂ ਸਭ ਦਾ ਸਵਾਗਤ ਕਰਦਾ ਹਾਂ ਅੱਜ ਦੀ ਵੀਡੀਓ ਵਿੱਚ ਅੱਜ ਮੈਂ ਸਭ ਲਈ ਲੈ ਕੇ ਆ ਚੁੱਕਾ ਹਾਂ ਕਟਿੰਗ ਐਂਡ ਟੇਲਰਿੰਗ ਦਾ ਹੈ 10ਵੀਂ ਜਮਾਤ ਦਾ ਪੇਪਰ ਤਾਂ ਜੇ ਤੋ ਹਣੀ ਹਸ ਤੱਕ ਮਿਰਚਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਕਰ ਦਿਓ ਨਾਲ ਕਰ ਦਿਓ ਇਸ ਵੀਡੀਓ ਨੂੰ ਲਾਈਕ ਉਸ ਬੈਲ ਆਈਕਨ ਉੱਤੇ ਸਰ ਦਬਾ ਦਿਓ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ ਨਾਲ ਹੀ ਮੇਰੀ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਆ ਆਪਣੇ ਦੋਸਤਾਂ ਦੇ ਨਾਲ ਤਾਂ ਕਿ ਉਹਨਾਂ ਦੇ ਵੀ ਤੁਹਾਡੇ ਵਾਂਗ ਵਧੀਆ ਮਕਸਾਦ ਨਾਲੇ ਮੇਰੀ ਵੀਡੀਓ ਦੀ ਰੀਚ ਵੀ ਵਧ ਜਾਵੇ ਚਲੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਪਹਿਲੇ ਪ੍ਰਸ਼ਨ ਰੇਸ਼ੇ ਤੋਂ ਕੀ ਭਾਵ ਹੈ ਤਾਂ ਇਸ ਦਾ ਉੱਤਰ ਹੈ ਰੇਸ਼ਾ ਬਹੁਤ ਬਾਰੀਕ ਵਾਲਾ ਵਰਗੀਆਂ ਤੰਦਾ ਹੰਡ ਇਹ ਹਰ ਕਿਸਮ ਦੇ ਕੱਪੜੇ ਦੀ ਮੂਲ ਇਕਾਈ ਹੈ ਅੱਗੇ ਸੈਕੰਡ ਰੇਸ਼ਿਆਂ ਦੀ ਪ੍ਰਾਪਤੀ ਕਿੱਥੋਂ ਹੁੰਦੀ ਹੈ ਤਾਂ ਇਸ ਦਾ ਰੇਸ਼ਾ ਦੀ ਪ੍ਰਾਪਤੀ ਦੋ ਧਾਰਾ ਤੋਂ ਹੁੰਦੀ ਹੈ ਕੁਦਰਤੀ ਰੇਸ਼ੇ ਜੀਰਾ ਵਿੱਚ ਪੌਦਿਆਂ ਅਤੇ ਜਾਨਵਰਾਂ ਤੋਂ ਪ੍ਰਾਪਤ ਹੋਣ ਵਾਲੇ ਰੇਸ਼ੇ ਹੁੰਦੇ ਹਨ ਦੂਜਾ ਮਨੁੱਖ ਦੁਆਰਾ ਤਿਆਰ ਕੀਤੇ ਗਏ ਰੇਸ਼ੇ ਨੰਬਰ 3 ਲਿਨਨ ਦਾ ਕੱਪੜਾ ਕਿਸ ਮੌਸਮ ਵਿੱਚ ਪਹਿਨਣ ਦੇ ਕੰਮ ਆਉਂਦਾ ਹੈ? ਇਸ ਕਰ ਲਿਨਨ ਦਾ ਕੱਪੜਾ ਗਰਮੀ ਦੇ ਮੌਸਮ ਵਿੱਚ ਪਹਿਨਣ ਦੇ ਕੰਮ ਆਉਂਦਾ ਹੈ। ਇਹ ਰੇਸ਼ੇ ਗਰਮੀ ਦੇ ਸੁਚਾਲਕ ਹੁੰਦੇ ਹਨ। ਇਹ ਚੰਗੇ ਸੁਚਾਲਕ ਹੁੰਦੇ ਹਨ। ਇਸ ਲਈ ਗਰਮੀਆਂ ਵਿੱਚ ਸੂਤੀ ਰੇਸ਼ਿਆਂ ਨਾਲੋਂ ਵਧੇਰੇ ਠੰਡਕ ਪਾਉਂਦੇ ਹਨ। ਤਾਂ ਅੱਗੇ ਚੱਲਦੇ ਹਾਂ ਚੌਥਾ ਪ੍ਰਸ਼ਨ। ਪਹਿਲੇ ਦਰਜੇ ਦੇ ਰੰਗ ਕਿਹੜੇ-ਘੜੇ ਹਾਂ? ਇਸ ਤੋਂ ਅਧਰੇ ਪਹਿਲੇ ਦਰਜੇ ਦੇ ਰੰਗ ਪੀਲਾ ਨੀਲਾ ਅਤੇ ਲਾਲ ਹਨ ਅੱਗੇ ਨੰਬਰ 5 ਪੋਸ਼ਾਕ ਨੂੰ ਬੰਦ ਕਰਨ ਦੇ ਕਿਸੇ ਦੋ ਤਰੀਕੇ ਦੇ ਨਾਮ ਲਿਖੋ ਤਾਂ ਚਲੋ ਹੁਣ ਆਪ ਅੱਗੇ ਵਧਦੇ ਹਾਂ ਭਾਗ ਐਡਾ 6ਵਾਂ ਪ੍ਰਸ਼ਨ ਹੈ ਰੇਸ਼ੇ ਤੋਂ ਧਾਗਾ ਕਿਵੇਂ ਬਣਾਇਆ ਜਾਂਦਾ ਹੈ ਤੇ ਰੇਸ਼ੇ ਤੋਂ ਧਾਗਾ ਖਿੱਚ ਕੇ ਸਿੱਧਾ ਕਰਕੇ ਤੇ ਵਟ ਕੇ ਧਾਗਾ ਤਿਆਰ ਕੀਤਾ ਜਾਂਦਾ ਹੈ ਤੇ ਰੇਸ਼ੀਆਂ ਦੀ ਕਿਸਮ ਅਨੁਸਾਰ ਉਹਨਾਂ ਦੀ ਕਟਾਈ ਕਿੱਤੀ ਜਾਂਦੀ ਹੈ ਤੇ ਧਾਗੇ ਦਾ ਰੂਪ ਵੀ ਦਿੱਤਾ ਜਾਂਦਾ ਹੈ ਅੱਗੇ ਹੈ ਪ੍ਰਸ਼ਨ 7 ਬਨਸਪਦੀ ਰੇਸ਼ਿਆਂ ਦੇ ਆਮ ਗੁਣ ਕੀ ਹਨ ਤੇ ਸਦਰ ਬਨਸਪਦੀ ਰੇਸ਼ਿਆਂ ਦੇ ਆਮ ਗੁਣ ਇਹ ਦੇਖਣ ਨੂੰ ਦਰਸ਼ਿਯਾਲੀ ਤੇ ਘੱਟ ਲਚਕ ਵਾਲੇ ਅ ਦਰਮਿਆਨੀ ਕੋਮਲਤਾ ਤੇ ਮਜ਼ਬੂਤੀ ਵਾਲੇ ਦਿਖਦੇ ਹਨ ਖੁਰਦਵੀਨ ਦੁਆਰ ਦੇਖਣ ਤੇ ਸੂਤੀ ਰੇਸ਼ੇ ਵੱਟ ਚੜੇ ਦੀਵਨ ਵਰਗੇ ਪੜਸੰਦ ਦੇ ਰੇਸ਼ੇ ਨਾਲੀਦਾਰ ਹੁੰਦੇ ਹਨ ਜਲਾਉਣ ਤੇ ਇਹ ਰੇਸ਼ੇ ਕਾਗਜ਼ ਜਾਂ ਪੱਤੀਆਂ ਦੇ ਜਲਨ ਵਰਗੀ ਜੋ ਤੈ ਤਰੀਕੇ ਨਾਲ ਜਲਦੇ ਹਨ ਅੱਗੇ ਚੱਲਦੇ ਹਾਂ ਹੁਣ ਆਪਾਂ 8ਵੇਂ ਪ੍ਰਸ਼ਨ ਦੇ ਉੱਤੇ ਰੇਸ਼ਾ ਦੀ ਪਛਾਣ ਕਿਸ ਆਧਾਰ ਤੇ ਕੀਤੀ ਜਾਂਦੀ ਹੈ ਤੇ ਸੂਤਰ ਰੇਸ਼ਾ ਦੀ ਪਛਾਣ ਉਹਨਾਂ ਦੀ ਬਣਵਟ ਉਹਨਾਂ ਦੇ ਗੁਣਾ ਤੋਂ ਕੀਤੀ ਜਾਂਦੀ ਹੈ ਅੱਗੇ ਚੱਲਦੇ ਹਾਂ ਨੰਬਰ 9 ਜੋ ਕਿ ਕੀ ਹੈ ਸੁਤੀ ਕੱਪੜਿਆਂ ਨੂੰ ਧੋਣਾ ਆਸਾਨ ਹੈ ਕਿਉਂ ਤੇ ਇਸ ਲਈ ਸੁਤੀ ਕੱਪੜਿਆਂ ਨੂੰ ਧੋਣਾ ਆਸਾਨ ਹੈ ਕਿਉਂਕਿ ਸੁਤੀ ਕੱਪੜਿਆਂ ਨੂੰ ਧੋਣਾ ਇਸ ਲਈ ਆਸਾਨ ਹੁੰਦਾ ਹੈ ਕਿਉਂਕਿ ਇਹ ਹਲਕੇ ਰੇਸ਼ਿਆਂ ਤੋਂ ਬਣੇ ਹੁੰਦੇ ਹਨ ਤੇ ਜਲਦੀ ਸਾਫ਼ ਹੋ ਜਾਂਦੇ ਹਨ ਇਸ ਲਈ ਇਹਨਾਂ ਨੂੰ ਧੋਣਾ ਆਸਾਨ ਹੁੰਦਾ ਹੈ ਅਤੇ ਇਹ ਧੋਣ ਸਮੇਂ ਖਰਾਬ ਨਹੀਂ ਹੁੰਦੇ ਹਨ ਇਹਨਾਂ ਨੂੰ ਮਸ਼ੀਨ ਵਿੱਚ ਵੀ ਧੋਇਆ ਜਾ ਸਕਦਾ ਹੈ ਅੱਗੇ ਚੱਲਦੇ ਹਾਂ ਹੁਣ ਆਪਾਂ 10ਵਾਂ ਪ੍ਰਸ਼ਨ ਜੋ ਕਿ ਕੀ ਹੈ ਲੀਨਨ ਦੀਆਂ ਖਾਸ ਵਿਸ਼ੇਸ਼ਤਾਵਾਂ ਕੀ ਹਨ ਅੱਗੇ ਵਧਦੇ ਹਾਂ ਆਪਾਂ ਪ੍ਰਸ਼ਨ 11 ਦੇਤੇ ਸਿਲਕ ਨੂੰ ਕੱਪੜਿਆਂ ਦੀ ਰਾਣੀ ਕਿਉਂ ਕਿਹਾ ਜਾਂਦਾ ਹੈ ਤਾਂ ਇਸ ਦੇ ਸਿਲਕ ਨੂੰ ਕੱਪੜਿਆਂ ਦੀ ਰਾਣੀ ਇਸ ਲਈ ਕਿਹਾ ਜਾਂਦਾ ਹੈ ਇਸ ਦੇ ਰੇਸ਼ੇ ਗਰਮ ਹੁੰਦੇ ਹਨ ਪਰ ਉਹ ਉਹ ਜਿੰਨੇ ਨਹੀਂ ਇਹ ਰਗੜ ਸਹਾਰਾ ਸਕਦਾ ਹੈ ਖਾਰ ਤੇ ਤੇਜਾਬ ਇਹਨਾਂ ਦੇ ਉਹ ਅ ਅਸਰ ਪਾਉਂਦੇ ਹਨ ਇਹਨਾਂ ਦੀ ਸੰਭਾਲ ਔਖੀ ਹੈ ਪਰ ਇਹ ਸੁੰਦਰਤਾ ਕਾਰਨ ਸਿਲਕ ਦੇ ਕੱਪੜਿਆਂ ਨੂੰ ਕੱਪੜਿਆਂ ਦੀ ਰਾਣੀ ਕਿਹਾ ਜਾਂਦਾ ਹੈ ਅੱਗੇ ਚੱਲਦੇ ਹਾਂ ਹੁਣ ਆਪਾਂ ਪ੍ਰਸ਼ਨ 12 ਤਾਤਾ ਤੋਂ ਪ੍ਰਾਪਤ ਹੋਣ ਵਾਲੇ ਰੇਸ਼ੇ ਕਿਹੜੇ ਹਨ ਤੇਜਰ ਤਾਤਾ ਤੋਂ ਪ੍ਰਾਪਤ ਹੋਣ ਵਾਲੇ ਰੇਸ਼ੇ ਸੋਨਾ ਅਤੇ ਚਾਂਦੀ ਹਨ ਅੱਗੇ 13ਵਾਂ ਮੌਸਮ ਬਦਲਣ ਨਾਲ ਕੱਪੜਿਆਂ ਤੇ ਕੀ ਅਸਰ ਪੈਂਦਾ ਹੈ ਇਸ ਉੱਤਰ ਮੌਸਮ ਬਦਲਣ ਨਾਲ ਕੱਪੜਿਆਂ ਦੀ ਚੋਣ ਵੀ ਬਦਲ ਜਾਂਦੀ ਹੈ ਜਿਵੇਂ ਬਰਸਾਤ ਲਈ ਬਣਾਉਟੀ ਕੱਪੜੇ ਠੀਕ ਰਹਿੰਦੇ ਹਨ ਕਿਉਂਕਿ ਇਹ ਛੇਦੀ ਸੁੱਕ ਜਾਂਦੇ ਹਨ ਸੂਤੀ ਕੱਪੜੇ ਗਰਮੀਆਂ ਵਿੱਚ ਆਰਾਮਦਾਇਕ ਤੇ ਉਨੀ ਕੱਪੜੇ ਸਰਦੀਆਂ ਵਿੱਚ ਆਰਾਮਦਾਇਕ ਹੁੰਦੇ ਹਨ ਪ੍ਰਸ਼ਨ 14 ਇੱਕ ਰੰਗੀ ਯੋਜਨਾ ਤੋਂ ਕੀ ਭਾਵ ਹੈ ਤਾਂ ਇਸ ਦਾ ਉੱਤਰ ਹੈ ਇੱਕ ਰੰਗੀ ਯੋਜਨਾ ਵਿੱਚ ਇੱਕ ਰੰਗ ਤੇ ਗੂੜਾ ਤੇ ਹਲਕਾ ਭਾਵ ਵਾਲੇ ਰੰਗ ਦਾ ਪ੍ਰਯੋਗ ਹੁੰਦਾ ਹੈ ਤੇ ਅੱਖਾਂ ਲਈ ਸੁਖਦਾਇਕ ਹੁੰਦਾ ਹੈ ਅੱਗੇ ਪ੍ਰਸ਼ਨ 15 ਸਿਲਾਈ ਮਸ਼ੀਨ ਨੂੰ ਤੇਲ ਕਿੱਥੇ ਅਤੇ ਕਿਵੇਂ ਦੇਣਾ ਹੈ ਤਾਂ ਇਸ ਦਾ ਉੱਤਰ ਕੀ ਹੈ ਸਿਲਾਈ ਮਸ਼ੀਨ ਨੂੰ ਤੇਲ ਸਲਾਈ ਮਸ਼ੀਨ ਦੇ ਉੱਪਰਲੇ ਹਿੱਸੇ ਵਿੱਚ ਆ ਸੁਰਾਖਾ ਵਿੱਚ ਤੇਲ ਦੇਣਾ ਚਾਹੀਦਾ ਹੈ ਜਿੱਥੇ ਇਹ ਇਹ ਜਿੱਥੋਂ ਦੀ ਇਹ ਤੀਰ ਦਾ ਨਿਮਨ ਹੋਣ ਲੱਗਦਾ ਹੈ ਇਸ ਤੋਂ ਇਲਾਵਾ ਅੰਦਰੂਨੀ ਪੁਰਜ਼ਿਆਂ ਨੂੰ ਵੀ ਤੇਲ ਦੀ ਲੋੜ ਪੈਂਦੀ ਹੈ ਅੱਗੇ ਪ੍ਰਸ਼ਨ 16 ਜੋ ਕਿ ਭਾਗ ਸ ਇਸ ਵਿੱਚ ਆ ਚੁੱਕਿਆ ਹੈ ਤਾਂ ਮਸ਼ੀਨ ਦੀ ਸੰਭਾਲ ਤੋਂ ਤੁਸੀਂ ਕੀ ਸਮਝਦੇ ਹੋ ਵਿਸਤਾਰ ਸਹਿਤ ਲਿਖੋ ਜਾਂ ਇਸ ਜਗ੍ਹਾ ਤੇ ਕੀ ਕਰ ਸਕਦੇ ਹੋ ਕਪੜਿਆਂ ਦੀ ਚੋਣ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਕਿਹੜੇ-ਕਿਹੜੇ ਹਨ ਤਾਂ ਪਿਆਰੇ ਬੱਚਿਓ ਅੱਜ ਦੀ ਵੀਡੀਓ ਲਈ ਨਹੀਂ ਮੈ ਤੁਹਾਨੂੰ ਸਭ ਨੂੰ ਮਿਲਾਂਗਾ ਅਗਲੀ ਵੀਡੀਓ ਵਿੱਚ ਇਸ ਵੀਡੀਓ ਨੂੰ ਦੇਖਣ ਲਈ ਧੰਨਵਾਦ